ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ 'ਚ 2 ਕੁਇੰਟਲ 42 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਤੇ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ SSP ਅਮਨੀਤ ਕੌਂਡਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੇ ਚੈਕਿੰਗ ਦੌਰਾਨ 2 ਵੱਖ ਵੱਖ ਮੁਕੱਦਮਿਆਂ 'ਚ 2 ਕੁਇੰਟਲ 42 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਤੋਂ ਇਲਾਵਾ 3 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਰਿਪੋਰਟ ਜਨ ਕਲਿਆਣ TV। ਸਾਡੀ ਜੀ ਜਿਹੜੀ ਖੰਨਾ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਡਰਾਈਵ ਅਗੇਂਸਟ ਬੈਡ ਐਲੀਮੈਂਟਸ, ਉਹਦੀ ਕੰਟੀਨਿਊਸ਼ਨ 'ਚ ਹੀ ਕੱਲ੍ਹ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ SPD ਦੇ ਸੁਪਰਵਿਜ਼ਨ 'ਚ DSP ਪਾਇਲ ਹਰਸਿਮਰਤ, ਇਹਨਾਂ ਦੇ SHO ਦੁਰਾਹਾ ਇੰਸਪੈਕਟਰ ਸਬ ਇੰਸਪੈਕਟਰ ਵਿਜੇ, SHO ਮਲੌਦ ਇੰਸਪੈਕਟਰ ਵਿਨੋਦ ਔਰ ਸਾਡੀ ਜਿਹੜੀ ਸਪੈਸ਼ਲ ਟੀਮਸ ਹੈ, ਇਹਨਾਂ ਨੇ ਕੱਲ੍ਹ 2 NDPS ਦੇ ਕਮਰਸ਼ੀਅਲ ਕੁਆਂਟਿਟੀ ਦੇ ਕੇਸ ਰਜਿਸਟਰ ਕੀਤੇ ਜਿਹਦੇ 'ਚ ਸਾਨੂੰ ਕੁੱਲ 2 ਕੁਇੰਟਲ 42 ਕਿਲੋ ਪੌਪੀ ਹਸਕ ਬਰਾਮਦ ਹੋਈ ਹੈ ਔਰ 3 ਦੋਸ਼ੀ ਇਹਦੇ 'ਚ ਕਾਬੂ ਹੋਏ। ਅਤੇ ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਕਿ ਕੱਲ੍ਹ ਥਾਣਾ ਦੁਰਾਹਾ ਦੀ ਪੁਲਿਸ ਪਾਰਟੀ ਪੰਜਾਬ ਪੰਸਬ ਗੋਦਾਮ ਦੁਰਾਹਾ ਦੇ ਨੇੜੇ ਮੌਜੂਦ ਸੀ ਜਦੋਂ ਉਹਨਾਂ ਨੂੰ ਡਿਊਰਿੰਗ ਚੈਕਿੰਗ ਇੱਕ ਗੱਡੀ, ਕਰੂਜ਼ ਗੱਡੀ ਜਿਹਦਾ ਦਿੱਲੀ ਦਾ ਨੰਬਰ ਸੀ, ਉਹਨੂੰ ਸ਼ੱਕ ਦੇ ਬਿਨਾਂ 'ਤੇ ਇਹਨਾਂ ਨੇ ਰੋਕਿਆ ਅਤੇ ਉਹਦੇ 'ਚ ਜਿਹੜੇ ਦੋ ਵਿਅਕਤੀ ਸਵਾਰ ਸੀਗੇ ਉਹਨਾਂ ਦੇ ਨਾਂ ਸੀਗੇ ਜਵਿੰਦਰ ਸਿੰਘ ਉਰਫ ਲਾਲੂ ਵਾਸੀ ਥਾਣਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਔਰ ਇੱਕ ਗੁਰਵਿੰਦਰ ਸਿੰਘ ਵਾਸੀ ਥਾਣਾ ਸਦਰ ਨਾਭਾ ਪਟਿਆਲਾ। ਅਤੇ ਇਹਨਾਂ ਦੀ ਚੈਕਿੰਗ ਲਈ DSP ਪਾਇਲ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਡਿਊਰਿੰਗ ਚੈਕਿੰਗ ਇਹਨਾਂ ਦੀ ਗੱਡੀ ਵਿੱਚੋਂ 1 ਕੁਇੰਟਲ 70 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ। ਉਸ ਦੇ ਬਿਹਾਫ 'ਤੇ ਅਸੀਂ FIR ਨੰਬਰ 111 ਅੰਡਰ ਸੈਕਸ਼ਨ 15-61-85 NDPS ਐਕਟ ਰਜਿਸਟਰ ਕੀਤਾ ਔਰ ਦੋਸ਼ੀਆਂ ਨੂੰ ਐਜ਼ ਪਰ ਲੋਅ ਅਰੈਸਟ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਮਲੌਦ ਦੀ ਪੁਲਿਸ ਪਾਰਟੀ ਨੇ ਇੱਕ ਟਰੱਕ ਅਸ਼ੋਕਾ ਲੀਲੈਂਡ ਇੰਟਰਸੈਪਟ ਕੀਤਾ ਸੀ ਬੱਸ ਸਟੈਂਡ ਰੋੜੀਆਂ ਦੇ ਨੇੜੇ। ਉਹਦੇ 'ਚ ਇੱਕ ਜਿਹੜਾ ਬੰਦਾ ਸਵਾਰ ਸੀ ਉਹਦਾ ਨਾਂ ਹੈ ਹਰਪ੍ਰੀਤ ਸਿੰਘ ਉਰਫ ਹੈਰੀ, ਇਹ ਵਾਸੀ ਇਸੜੂ ਥਾਣਾ ਸਦਰ ਦਾ ਰਹਿਣ ਵਾਲਾ ਪਰ ਅੱਜ ਕੱਲ੍ਹ ਨਾਨਕ ਨਗਰ ਤਾਜਪੁਰ ਔਰ ਲੁਧਿਆਣਾ 'ਚ ਰਹਿ ਰਿਹਾ। ਇਹਦੇ ਟਰੱਕ ਵਿੱਚੋਂ 72 kg ਪੌਪੀ ਹਸ ਬਰਾਮਦ ਹੋਈ ਹੈ ਔਰ ਇਹਨੂੰ ਵੀ ਇਹਦੇ ਬਿਹਾਫ 'ਤੇ FIR ਨੰਬਰ 81 ਅੰਡਰ ਸੇਮ ਸੈਕਸ਼ਨਸ NDPS ਐਕਟ ਥਾਣਾ ਮਲੌਦ ਰਜਿਸਟਰ ਕੀਤਾ ਗਿਆ। ਅਤੇ ਇਸ ਤਰ੍ਹਾਂ ਸਾਨੂੰ ਇਹਨਾਂ ਦੋਨਾਂ ਕੇਸਿਸ 'ਚ ਕਮਰਸ਼ੀਅਲ ਕੁਆਂਟਿਟੀ ਦੀ ਜਿਹੜੀ NDPS ਦੀ ਰਿਕਵਰੀ ਹੋਈ ਹੈ ਅਤੇ ਕੁੱਲ ਬਰਾਮਦਗੀ ਇਹਦੇ 'ਚ ਸਾਨੂੰ ਦੋਨਾਂ ਕੇਸਾਂ 'ਚ ਮਿਲਾ ਕੇ 2 ਕੁਇੰਟਲ 42 ਕਿਲੋ ਭੁੱਕੀ ਚੂਰਾ ਪੋਸਤ ਹੈ, ਇੱਕ ਗੱਡੀ ਕਰੂਜ਼ ਜਿਵੇਂ ਮੈਂ ਦੱਸਿਆ ਔਰ ਇੱਕ ਟਰੱਕ ਅਸ਼ੋਕ ਲੀਲੈਂਡ ਅਸੀਂ ਕਬਜ਼ੇ 'ਚ ਲਿਆ ਹੈ। ਅਤੇ 3 ਦੋਸ਼ੀ ਇਹਨਾਂ 'ਚੋਂ ਜਿਹੜਾ ਇੱਕ ਦੋਸ਼ੀ ਹੈ ਗੁਰਵਿੰਦਰ ਸਿੰਘ, ਇਹਦੇ 'ਤੇ ਪਹਿਲਾਂ ਵੀ 2010 'ਚ ਇੱਕ NDPS ਦਾ ਪਰਚਾ ਦਰਜ ਹੋਇਆ ਸੀਗਾ ਥਾਣਾ ਸਦਰ ਧੂਰੀ ਜ਼ਿਲ੍ਹਾ ਮਲੇਰਕੋਟਲਾ ਵਿੱਚ। ਐਂਡ ਮੈਂ ਦੱਸਣਾ ਚਾਹਾਂਗੀ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 11 ਕੁਇੰਟਲ 29 ਕਿਲੋ ਐਂਡ ਸਮ 940 ਗ੍ਰਾਮ ਭੁੱਕੀ ਚੂਰਾ ਪੋਸਟ ਬਰਾਮਦ ਕਰ ਚੁੱਕੇ ਹਾਂ ਔਰ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਅਸੀਂ ਵੱਖ ਵੱਖ ਜਿਹੜੇ ਵੀ ਡਰੱਗਸ ਹੈ ਉਹਨਾਂ ਦੀ ਵੀ ਕੰਟੀਨਿਊਸ ਰਿਕਵਰੀ ਕਰ ਰਹੇ। ਐਂਡ ਆਈ ਅਪਲੋਡ ਮਾਈ ਟੀਮ ਕਿ ਅਸੀਂ ਡੇਲੀ ਬੇਸ 'ਤੇ ਇੱਦਾਂ ਦੇ ਮਾੜੇ ਅਨਸਰਾਂ 'ਤੇ ਨੱਥ ਪਾ ਰਹੇ ਔਰ ਅੱਗੇ ਵੀ ਕਰਦੇ ਰਹਾਂਗੇ। ਅੱਗੇ ਸਪਲਾਈ ਕਿੱਥੇ ਕਰਨੀ ਜੀ, ਲੋਕਲ ਜੀ? ਹਲੇ ਟੂ ਅਰਲੀ ਫੋਰ ਮੀ ਟੂ ਟੈਲ, ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਲਿੰਕ ਕੱਢਾਂਗੇ ਕਿੱਥੇ ਜਾਣਾ ਸੀ ਅਤੇ ਅੱਗੇ ਪਿੱਛੋਂ ਕਿੱਥੋਂ ਲੈ ਕੇ ਆਏ। ਦੋ ਕੇਸ ਵੱਖ ਵੱਖ ਨੇ ਪਰ ਸੇਮ ਨੇ, ਜਿੱਦਾਂ ਭੁੱਖੀ ਰਿਕਵਰੀ ਕਰੀ ਜਾਂਦਾ, ਆਪਸੀ ਕੋਈ ਕਨੈਕਸ਼ਨ ਜੀ? ਨਹੀਂ ਜੀ, ਆਪਸੀ ਇਹਨਾਂ ਦਾ ਕੋਈ ਕਨੈਕਸ਼ਨ ਨਹੀਂ। ਜਿਸ ਤਰ੍ਹਾਂ ਬਾਗੜੀਆਂ ਪਿੰਡ ਦਾ ਇਹ ਸੁਣਿਆ ਪਿੰਡ ਬੜਾ ਬਦਨਾਮ ਆ ਜੀ, ਮਤਲਬ ਕੇਸਿਸ ਦਾ ਆਪਸ 'ਚ ਕੋਈ ਕਨੈਕਸ਼ਨ ਨਹੀਂ ਹੈ ਪਰ ਜੇ ਅੱਗੇ ਜਾ ਕੇ ਕੋਈ ਲੜੀ ਜੁੜਦੀ ਹੈ ਉਸ ਤੁਹਾਨੂੰ ਦੱਸਾਂਗੇ। ਜਿੱਦਾਂ ਬਾਗੜੀਆਂ ਪਿੰਡ ਦਾ ਜਿਹੜਾ ਰਹਿਣ ਵਾਲਾ ਜੀ, ਉੱਥੋਂ ਦੇ ਕਈ ਕੇਸ ਸਾਹਮਣੇ ਆਏ ਨੇ ਕਿ ਉੱਥੋਂ ਦੇ ਪਿੰਡ ਦੇ ਜ਼ਿਆਦਾਤਰ ਲੋਕ ਨਸ਼ਾ ਤਸਕਰੀ ਕਰਦੇ ਨੇ ਜੀ, ਕੋਈ ਜ਼ਿਆਦਾ ਸਾਹਮਣੇ ਆਈ ਹੋਵੇ?
ਹਲੇ ਮੈਂ ਆਪਰੇਸ਼ਨ ਗੱਲ ਦੱਸ ਨਹੀਂ ਸਕਦੀ, ਜਦੋਂ ਕੁਝ ਸਾਨੂੰ ਇਦਾਂ ਦੀ ਰਿਕਵਰੀ ਹੋਏਗੀ ਫਿਰ ਤੁਹਾਨੂੰ ਦੱਸਾਂਗੇ। ਮਨ ਕੀ ਇਹ ਟ੍ਰਾਂਸਪੋਰਟਰ ਨੇ ਜਾਂ ਡਰਾਈਵਰ ਨੇ ਜੀ ਟਰੱਕ ਡਰਾਈਵਰ ਹੀ ਹੈ ਜੀ ਇਹ ਤਾਂ ਆਈ ਥਿੰਕ ਹੁਣ ਤੱਕ ਜੋ ਮੇਰੀ ਨੌਲੇਜ ਹੈ ਡਰਾਈਵਰ ਹੈ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲੇ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।